ਨੇ ਡਾਕਟਰ ਸੰਦੀਪ ਪਾਠਕ ਜਿਹੜੇ ਕਿ ਰਾਜ ਸਭਾ ਦੇ ਵਿੱਚ ਮੈਂਬਰ ਵੀ ਨੇ ਆਮ ਆਦਮੀ ਪਾਰਟੀ ਦੇ ਅਤੇ ਬੋਲਦੇ ਵੀ ਰਾਜ ਸਭਾ ਦੇ ਵਿੱਚ ਬਹੁਤ ਅੱਛਾ ਬੋਲਦੇ ਨੇ ਔਰ IIT ਦੇ ਪ੍ਰੋਫੈਸਰ ਰਹੇ ਨੇ ਬਹੁਤ ਵੱਡੀ ਗੱਲ ਹੁੰਦੀ IIT 'ਚ ਐਡਮਿਸ਼ਨ ਮਿਲਣੀ IIT ਦਾ ਸਟੂਡੈਂਟ ਬਣਨਾ ਹੀ ਬਹੁਤ ਵੱਡੀ ਗੱਲ ਹੈ ਉੱਥੇ ਪ੍ਰੋਫੈਸਰ ਰਹਿਣਾ ਉਹ ਤੋਂ ਵੀ ਬਹੁਤ ਜ਼ਿਆਦਾ ਵੱਡੀ ਗੱਲ ਹੈ ਪਰ ਉਹ ਸਭ ਕੁਝ ਛੱਡ ਕੇ ਲੋਕਾਂ ਦੇ ਲੇਖੇ ਲੱਗੇ ਹੋਏ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਅੱਜ ਸਭ ਤੋਂ ਪਹਿਲੀ ਖੁਸ਼ੀ ਇਹ ਹੋਈ ਜਦੋਂ ਮੇਰੇ ਸਾਹਮਣੇ ਅੰਕੜਾ ਆਇਆ ਕਿ ਜੀ ਇਸ ਵਕਤ ਪੰਡਾਲ ਦੇ ਵਿੱਚ 295,000 ਬੰਦਾ ਬੈਠਾ ਹੈ ਅਤੇ 1,00,000 ਅਸੀਂ ਬਾਹਰ ਦੇਖ ਕੇ ਆਏ ਹਾਂ ਜਿਹੜੇ ਆਈ ਜਾਂਦੇ ਆ ਹਜੇ ਆਈ ਜਾਂਦੇ ਆ ਅਸੀਂ ਤਾਂ ਇੱਧਰਲੀ ਸੜਕ ਤੋਂ ਆਏ ਹਾਂ ਜਿਹੜੇ ਇੱਧਰੋਂ ਆਈ ਜਾਂਦੇ ਆ ਉਹ ਹੋਰ ਹੋਣਗੇ ਹਜੇ 3,00,000 ਦੇ ਕਰੀਬ ਬੰਦਾ ਇੱਥੇ ਬੈਠਾ 1,00,000 ਦੇ ਕਰੀਬ ਆ ਰਹੇ ਨੇ ਉਹਨਾਂ ਉਹ ਕਈ ਹੋ ਸਕਦਾ ਜਦੋਂ ਤੱਕ ਸਾਡੀ ਸਪੀਚ ਹੋ ਜਾਵੇ ਉਦੋਂ ਤੱਕ ਪਹੁੰਚਣ ਵੀ ਨਾ ਕੋਈ ਗੱਲ ਨਹੀਂ ਗੱਲ ਭਾਸ਼ਣ ਸੁਣਨ ਦੀ ਨਹੀਂ ਹੈਗੀ ਗੱਲ ਕਿਹੜੇ ਕੰਮ ਵਾਸਤੇ ਨਿਕਲਿਓ ਗੱਲ ਉਸ ਦੀ ਹੈ ਗੱਲ ਪਹੇ ਦੀ ਨਹੀਂ ਗੱਲ ਸਹੇ ਦੀ ਹੈ ਗੱਲ ਕਿਹੜੇ ਕੰਮ ਵਾਸਤੇ ਨਿਕਲਿਓ ਤੁਹਾਡਾ ਘਰੋਂ ਬਾਹਰ ਕਦਮ ਕੱਢਣਾ ਸਾਡੇ ਲਈ ਮੁਬਾਰਕ ਹੋ ਗਿਆ ਸਾਡੇ ਸਿਰ ਮੱਥੇ ਹੋ ਗਿਆ ਆਮ ਤੌਰ 'ਤੇ ਸਰਕਾਰਾਂ ਕੀ ਕਰਦੀਆਂ ਅੱਜ ਵੀ ਕਰਦੀਆਂ ਸਰਕਾਰੀ ਸੰਸਥਾਵਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਘਾਟੇ 'ਚ ਸ਼ੋਅ ਕਰਕੇ ਵੀ ਤਾਂ ਘਾਟੇ ਦਾ ਸੌਦਾ ਜੀ ਪ੍ਰਾਈਵੇਟ ਦੋਸਤਾਂ ਮਿੱਤਰਾਂ ਨੂੰ ਵੇਚ ਦਿੰਦੇ ਆ ਕਿਸੇ ਨੂੰ ਏਅਰਪੋਰਟ ਵੇਚਤੇ ਕਿਸੇ ਨੂੰ ਰੇਲ ਵੇਚਤੀ ਕਿਸੇ ਨੂੰ ਤੇਲ ਵੇਚਤਾ ਕਿਸੇ ਨੂੰ ਬੰਦਰਗਾਹਾਂ ਵੇਚਤੀਆਂ ਕਿਸੇ ਨੂੰ LIC ਵੇਚਤੀ ਘਾਟੇ 'ਚ ਆ ਜੀ ਘਾਟੇ 'ਚ ਆ ਸਰਕਾਰੀ ਆ ਜੀ ਸਰਕਾਰ ਤੋਂ ਚੱਲਦਾ ਨਹੀਂ ਪਰ ਪੰਜਾਬੀ ਹਮੇਸ਼ਾ ਹਵਾ ਦੇ ਉਲਟ ਚੱਲਦੇ ਨੇ ਅਤੇ ਹਵਾ ਦੇ ਉਲਟ ਹਮੇਸ਼ਾ ਬਾਜ਼ ਚੱਲਿਆ ਕਰਦੇ ਨੇ ਜਿੰਨੀ ਹਵਾ ਉਹਨਾਂ ਦੇ ਉਲਟ ਚੱਲਦੀ ਹੈ ਬਾਜ਼ ਉੰਨੀ ਉੱਚੇ ਉੱਡਦੇ ਹੁੰਦੇ ਨੇ ਇਸੇ ਕਰਕੇ ਪੰਜਾਬੀਆਂ ਦਾ ਸਿਰ ਉੱਚਾ ਹੋਇਆ ਸਾਡੇ ਗੁਰੂਆਂ ਤੋਂ ਰੀਤ ਚੱਲੀ ਆਈ ਹੈ ਪੰਜਾਬ ਨੇ ਉਲਟਾ ਕੰਮ ਕਰਤਾ ਇੱਕ ਘਾਟੇ ਵਾਲਾ ਪ੍ਰਾਈਵੇਟ ਥਰਮਲ ਪਲਾਂਟ ਸਰਕਾਰ ਨੇ ਖਰੀਦ ਕੇ ਲੋਕਾਂ ਦੇ ਲੇਖੇ ਲਾਤਾ ਕਿਹਾ ਲਓ ਜੀ ਆਪਣਾ ਹੋ ਗਿਆ ਬਹੁਤ ਵੱਡੀ ਗੱਲ ਹੈ ਜਾ ਕੇ ਆਇਆ ਥਰਮਲ ਪਲਾਂਟ 'ਚ ਸੁੱਚ ਦੱਬ ਕੇ ਆਇਆ ਉਹਦਾ ਅੱਜ ਬਿਜਲੀ ਸਸਤੀ ਹੋਰ ਹੋਊਗੀ ਪਹਿਲਾਂ ਤਾਂ ਬਿਜਲੀ ਆਉਂਦੀ ਹੋਈ ਨਹੀਂ ਘਰਾਂ ਦੀ ਤਾਂ ਘਰਾਂ ਦੀ ਤਾਂ ਬਿਜਲੀ ਦੇ ਬਿੱਲ ਆਉਂਦੇ ਹੀ ਨਹੀਂ ਖੇਤਾਂ ਵਾਲੀ ਫ੍ਰੀ ਹੈ ਇੰਡਸਟਰੀ ਨੂੰ ਬਿਜਲੀ ਦਾ ਪੈਸਾ ਹੈ ਉਹ ਹੋਰ ਸਸਤਾ ਹੋ ਜੂਗਾ ਇੰਡਸਟਰੀ ਹੋਰ ਆਊਗੀ ਆਪਣੇ ਧੀਆਂ ਪੁੱਤਾਂ ਨੂੰ ਹੋਰ ਕੰਮ ਰੋਜ਼ਗਾਰ ਮਿਲੂਗਾ ਕਿੰਨਾ ਕੁਛ ਚੱਲ ਪਊਗਾ ਇਹਦੇ ਨਾਲ ਪੰਜਾਬ 'ਚ 5 ਥਰਮਲ ਪਲਾਂਟ ਨੇ ਪਹਿਲਾਂ 2 ਸਰਕਾਰ ਦੇ ਸੀ 3 ਪ੍ਰਾਈਵੇਟ ਸੀ ਹੁਣ 3 ਸਰਕਾਰ ਦੇ ਹੋ ਗਏ 2 ਪ੍ਰਾਈਵੇਟ ਰਹਿ ਗਏ ਉਹਨਾਂ ਨੂੰ ਵੀ ਕਹਿਤਾ ਕਦੇ ਗੱਲ ਕਰਨੀ ਹੋਈ ਦੱਸਿਓ ਅਸੀਂ ਹੈਗੇ ਹਾਂ ਕਿਉਂਕਿ ਕੋਲੇ ਦੀ ਖਾਨ ਆਪਣੀ 2015 ਤੋਂ ਬੰਦ ਪਈ ਸੀ 2022 ਦੇ ਵਿੱਚ ਸਰਕਾਰ ਆਈ ਮਾਰਚ ਦੇ ਵਿੱਚ ਅਕਤੂਬਰ ਦੇ ਵਿੱਚ ਕੋਲੇ ਦੀ ਖਾਨ ਚਲਾ ਲਈ ਵੀਰੋ ਇੰਨਾ ਜ਼ਿਆਦਾ ਕੋਲਾ ਕੁਆਲਿਟੀ ਦਾ ਇੰਨਾ ਫਸਟ ਕਲਾਸ ਕੁਆਲਿਟੀ ਦਾ ਕੋਲਾ ਹੈ ਕਿ ਸਾਡੇ ਕੋਲੋਂ ਕੱਢਦਿਆਂ ਸਾਡੀਆਂ ਰੇਲ ਗੱਡੀਆਂ ਮੁੱਕ ਜਾਣਗੀਆਂ ਕੋਲਾ ਨਹੀਂ ਮੁੱਕਣਾ ਇਸੇ ਕਰਕੇ ਥਰਮਲ ਪਲਾਂਟ ਖਰੀਦਿਆ ਪਹਿਲਾਂ ਕੋਲੇ ਦੀ ਖਾਨ ਬੰਦ ਕਰ ਰੱਖੀ ਸੀ ਆ ਜਿਹੜੇ ਫਿਰਦੇ ਆ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਕਿਉਂ ਬੰਦ ਕਰ ਰੱਖੀ ਸੀ ਇਹਨੂੰ ਬੰਦ ਰੱਖੋ ਕੋਲਾ ਪ੍ਰਾਈਵੇਟ ਵਾਲਿਆਂ ਤੋਂ ਖਰੀਦਾਂਗੇ ਵਿੱਚ ਇੰਨੇ ਤੇਰੇ ਇੰਨੇ ਮੇਰੇ ਆ ਫਿਰਦੇ ਨਹੀਂ ਪਰਿਵਾਰ ਬਚਾਓ ਯਾਤਰਾ ਚੱਲ ਰਹੀ ਹੈ ਅਕਾਲੀ ਦਲ ਦੀ ਕਿਉਂ ਹੱਸਣ ਵਾਲੀ ਕਿਹੜੀ ਗੱਲ ਹੈ 'ਚ ਪਰਿਵਾਰ ਬਚਾਓ ਯਾਤਰਾ ਹੀ ਹੈ 4 ਦਿਨ ਪਹਿਲਾਂ ਸ਼ੁਰੂ ਹੋਈ ਪਹਿਲੇ ਦਿਨ ਮਜੀਠੇ ਗਏ ਮੇਰਾ ਸਾਲਾ ਬਚਾਓ ਦੂਜੇ ਦਿਨ ਕੈਰੋਂ ਪਿੰਡ ਗਏ ਸਾਡਾ ਪ੍ਰਾਹੁਣਾ ਬਚਾਓ ਕੱਲ੍ਹ ਫਿਰੋਜ਼ਪੁਰ ਸੀ ਮੈਨੂੰ ਬਚਾਓ ਅੱਜ ਬਠਿੰਡੇ ਨੇ ਮੇਰੀ ਘਰਵਾਲੀ ਬਚਾਓ ਇਹ 'ਚ ਪੰਜਾਬ ਕਿੱਥੇ ਆ ਬਈ ਪਰਿਵਾਰ ਬਚਾਓ ਹੈ ਪੰਜਾਬ ਬਚਾਓ ਨਹੀਂ ਇਹ ਆਪਦੇ ਪਰਿਵਾਰ ਨੂੰ ਵੀ ਪੰਜਾਬ ਮੰਨਦੇ ਸੀ ਆਹੀ ਗਲਤੀ ਹੋ ਗਈ ਇਹਨਾਂ ਤੋਂ
ਕਿਉਂ ਬਚਾਈਏ ਬਈ? ਬੜੀ ਮੁਸ਼ਕਲ ਨਾਲ ਤਾਂ ਤੁਹਾਡੇ ਤੋਂ ਬਚਾਇਆ ਪਹਿਲਾਂ, ਕੀ ਗੱਲ ਰਜਿਸਟਰੀਆਂ ਕਰਾ ਰੱਖੀਆਂ ਲੋਕਾਂ ਨੇ? ਸੋ ਇਹਨਾਂ ਦੀ ਗੱਲ ਨਾ ਮੰਨਿਆ ਕਰੋ। ਇਹ ਤਾਂ ਫਿਰਦੇ ਆ, ਧਰਮ ਨੂੰ ਵਰਤਦੇ ਫਿਰਦੇ ਆ, ਆਹ ਕਰਾ ਲਓ ਸ਼੍ਰੋਮਣੀ ਕਮੇਟੀ ਤੋਂ, ਆਹ ਕਰਾ ਲਓ ਭਗਵੰਤ ਮਾਨ ਦੇ ਵਿਰੁੱਧ, ਆਹ ਕਰਾ ਲਓ। ਲੋਕ ਮੰਨਦੇ ਹੀ ਨਹੀਂ, ਲੋਕ ਮੰਨਦੇ ਹੀ ਨਹੀਂ। ਅਸੀਂ ਹਜੇ ਹੈਗੇ ਹਾਂ, ਅਸੀਂ ਤਾਂ ਗੱਡੀ ਥੱਲੇ ਘੁੱਗੀ ਮਰ ਜੇ ਆ ਕੇ, ਅਸੀਂ ਤਾਂ ਉੱਥੇ 2 ਮਿੰਟ ਖੜ ਕੇ ਅਰਦਾਸ ਕਰਨ ਵਾਲੇ ਬੰਦੇ ਹਾਂ ਜੀ। ਅਸੀਂ ਬੇਅਦਬੀਆਂ ਵਾਲੇ ਪਾਸਿਆਂ 'ਚ ਜਾਵਾਂਗੇ? ਅਸੀਂ ਬੇਅਦਬੀਆਂ ਦੀ ਜਾਂਚ ਕਰ ਰਹੇ ਹਾਂ, ਇਸੇ ਕਰਕੇ ਪੰਗਾ ਕਿ ਭਗਵੰਤ ਮਾਨ ਨੂੰ ਰੋਕੋ। ਕਿਵੇਂ ਨਾ ਕਿਵੇਂ ਰੋਕੋ, ਕਿਵੇਂ ਰੋਕ ਲਓਗੇ? ਪਰਮਾਤਮਾ ਲੋਕਾਂ 'ਚ ਪਰਮਾਤਮਾ ਵੱਸਦਾ, ਮੇਰੇ ਨਾਲ ਲੋਕ ਨੇ, ਹੋਰ ਮੈਨੂੰ ਕੀ ਚਾਹੀਦਾ ਫਿਰ ਜਦੋਂ ਮੇਰੇ ਨਾਲ ਲੋਕ ਹੀ ਨੇ? ਮੈਨੂੰ ਕੋਈ ਖਜ਼ਾਨਾ ਹੋਰ ਨਹੀਂ ਚਾਹੀਦਾ। ਗੁਰੂ ਨਾਨਕ ਸਾਹਿਬ, ਬਾਬਾ ਮਰਦਾਨਾ ਜੀ ਉਦਾਸੀਆਂ 'ਤੇ ਫਿਰਦੇ ਸੀ ਦੁਨੀਆ 'ਚ, ਸੱਚ ਬੋਲਦੇ, ਕਿਰਤ ਕਰੋ ਦਾ ਹੋਕਾ ਦਿੰਦੇ। ਗੁਰੂ ਨਾਨਕ ਸਾਹਿਬ ਨੇ ਕਿਹਾ, ਮਰਦਾਨਿਆਂ ਰਬਾਬ ਛੇੜ ਬਾਣੀ ਉਚਰਨੀ ਹੈ। ਬਾਬਾ ਮਰਦਾਨੇ ਨੇ ਰਬਾਬ ਛੇੜੀ, ਬਾਣੀ ਉਚਰਨ ਲੱਗ ਗਏ, ਆਵਾਜ਼ ਗੂੰਜੀ ਚਾਰੇ ਖੂੰਟਾਂ ਤੱਕ ਗੁਰੂ ਸਾਹਿਬ ਦੀ, ਤਾਂ ਉਸ ਪਿੰਡ ਦੇ ਲੋਕਾਂ ਨੂੰ ਪਤਾ ਲੱਗ ਗਿਆ, ਜਿਹੜੇ ਪਿੰਡ ਦੀ ਜੂਹ 'ਤੇ ਬੈਠੇ ਸੀ, ਕਹਿੰਦੇ ਕੋਈ ਰੱਬ ਦਾ ਬੰਦਾ ਆ ਗਿਆ, ਕੋਈ ਫਕੀਰ ਆ ਗਿਆ, ਕਿਸਮਤਾਂ ਪਲਟ ਦੂਗਾ, ਇਹਦੀ ਰੱਬ ਨਾਲ ਸਿੱਧੀ ਹੈ, ਇਹਦੀ ਸਤਸੰਗ ਕਰ ਲਈਏ। ਲੋਕ ਜਾ ਕੇ ਇਕੱਠੇ ਹੋ ਕੇ ਗੁਰੂ ਸਾਹਿਬ ਕੋਲ ਚਲੇ ਗਏ। ਗੁਰੂ ਸਾਹਿਬ ਕਹਿੰਦੇ, ਭਾਈ ਕਿੱਧਰ? ਉਹ ਕਹਿੰਦੇ, ਕਹਿੰਦੇ ਜੀ ਤੁਹਾਡੇ ਨਾਲ ਚੱਲਾਂਗੇ। ਗੁਰੂ ਸਾਹਿਬ ਕਹਿੰਦੇ, ਭਾਈ ਸਾਡੇ ਵਾਲੇ ਰਸਤੇ ਔਖੇ ਹੈ, ਇਹ ਸੱਚ ਦੇ ਰਸਤੇ ਨੇ, ਅਸੀਂ ਸੱਚ ਦੇ ਰਾਹਾਂ ਦੇ ਪਾਂਧੀ ਹਾਂ, ਇਹ ਔਖੇ ਰਾਹ ਹੈ, ਤੁਹਾਡੇ ਤੋਂ ਤੁਰਿਆ ਨਹੀਂ ਜਾਣਾ, ਘਰੋ ਘਰੀ ਚਲੇ ਜਾਓ। ਕਹਿੰਦੇ ਨਹੀਂ ਜੀ, ਅਸੀਂ ਤਾਂ ਚੱਲਾਂਗੇ। ਜਿਹੜਾ ਮੈਂ ਦੱਸ ਰਿਹਾ ਗੱਲ ਖਜ਼ਾਨੇ ਦੀ, ਉਹ ਸੁਣ ਲਿਓ। ਕਹਿੰਦੇ ਆ ਜਾਓ, ਤੁਰੇ ਗਏ ਤੁਰੇ ਗਏ, ਅੱਗੇ ਚਾਂਦੀ ਦੇ ਢੇਰ ਆ ਗਏ, ਚਾਰੇ ਪਾਸੇ ਚਾਂਦੀ ਉਹ ਚਾਂਦੀ ਪਈ। ਜਿਹਨਾਂ ਬੰਦਿਆਂ ਨੂੰ ਚਾਂਦੀ ਚਾਹੀਦੀ ਸੀ, ਉਹਨੇ ਚਾਂਦੀ ਚੱਕੀ, ਕਹਿੰਦੇ ਮਾਰੋ ਗੋਲੀ ਸੱਚ ਨੂੰ, ਥੋੜ੍ਹਾ ਚਿਰ ਤੁਰਨ ਵਾਲੀ ਕੰਮ ਬਣ ਗਿਆ, ਚਾਂਦੀ ਲੈ ਕੇ ਘਰੇ ਚੱਲੀਏ ਆਪਾਂ। ਕਾਫਲਾ ਅੱਧਾ ਰਹਿ ਗਿਆ। ਗੁਰੂ ਸਾਹਿਬ ਨੇ ਪੁੱਛਿਆ, ਭਾਈ ਤੁਸੀਂ? ਉਹ ਕਹਿੰਦੇ, ਅਸੀਂ ਚਾਂਦੀ ਵਾਲੇ ਨਹੀਂ ਹੈਗੇ ਗੁਰੂ ਜੀ, ਅਸੀਂ ਤਾਂ ਨਾਲ ਤੁਰਾਂਗੇ। ਗੁਰੂ ਸਾਹਿਬ ਕਹਿੰਦੇ, ਭਾਈ ਰਸਤੇ ਔਖੇ ਆ ਸਕਦੇ ਆ, ਰਸਤੇ ਮੁਸ਼ਕਲ ਆ ਸਕਦੇ ਆ। ਕਹਿੰਦੇ ਆਉਣ ਦਿਓ। ਤੁਰੇ ਗਏ ਤੁਰੇ ਗਏ, ਅੱਗੇ ਸੋਨੇ ਦੇ ਢੇਰ ਆ ਗਏ। ਮੇਰੀ ਦਾਦੀ ਸੁਣਾਉਂਦੀ ਹੁੰਦੀ ਸੀ ਕਹਾਣੀ ਮੈਨੂੰ ਛੋਟੇ ਹੁੰਦੇ ਨੂੰ, ਸੋਨੇ ਦੇ ਢੇਰ ਆ ਗਏ, ਜਿਹਨਾਂ ਨੂੰ ਸੋਨਾ ਚਾਹੀਦਾ ਸੀ ਉਹਨੇ ਸੋਨਾ ਚੱਕਿਆ, ਕਹਿੰਦੇ ਚਾਂਦੀ ਵਾਲਿਆਂ ਨਾਲ ਵਧੀਆ ਰਹਿ ਗਏ, ਉਹ ਪਹਿਲੀ ਮੁੜ ਗਏ, ਆਪਾਂ ਸੋਨੇ ਵਾਲੇ ਹੋ ਗਏ, ਬੰਦੇ ਹੀ 10 ਰਹਿ ਗਏ। ਗੁਰੂ ਸਾਹਿਬ ਕਹਿੰਦੇ, ਹਾਂ ਵੀ ਤੁਸੀਂ? ਉਹ ਕਹਿੰਦੇ, ਗੁਰੂ ਜੀ ਅਸੀਂ ਸੋਨੇ ਚਾਂਦੀ ਵਾਲੇ ਨਹੀਂ ਹੈਗੇ, ਅਸੀਂ ਤਾਂ ਤੁਹਾਡੇ ਨਾਲ ਚੱਲਾਂਗੇ। ਗੁਰੂ ਸਾਹਿਬ ਕਹਿੰਦੇ, ਰਸਤੇ ਮੁਸ਼ਕਲ ਆ ਸਕਦੇ ਨੇ, ਰਸਤੇ ਔਖੇ ਆ ਸਕਦੇ ਨੇ। ਕਹਿੰਦੇ ਆ ਲੈਣ ਦਿਓ। ਤੁਰੇ ਗਏ ਤੁਰੇ ਗਏ ਤੁਰੇ ਗਏ, ਹੀਰੇ ਮੋਤੀਆਂ ਦੇ ਢੇਰ ਆ ਗਏ ਅੱਗੇ। ਉਹਨਾਂ 10 ਨੇ ਹੀਰੇ ਮੋਤੀ ਚੱਕੇ, ਉਹ ਕਹਿੰਦੇ ਆਪਾਂ ਦੋਨਾਂ ਨਾਲੋਂ ਵੀ ਵਧੀਆ ਰਹਿ ਗਏ, ਜਿਹੜੇ ਸੋਨਾ ਚਾਂਦੀ ਵਾਲੇ, ਆਪਾਂ ਹੀਰੇ ਮੋਤੀਆਂ ਵਾਲੇ ਹੋ ਗਏ। ਉਹ ਵੀ ਮੁੜ ਗਏ, ਰਹਿ ਗਿਆ ਇਕੱਲਾ ਬਾਬਾ ਮਰਦਾਨਾ। ਗੁਰੂ ਸਾਹਿਬ ਨੇ ਪੁੱਛਿਆ, ਭਾਈ ਮਰਦਾਨਿਆ ਤੂੰ ਨਹੀਂ ਜਾਣਾ? ਬਾਬਾ ਮਰਦਾਨਾ ਕਹਿੰਦਾ, ਗੁਰੂ ਜੀ ਮੈਂ ਨਹੀਂ ਜਾਂਦਾ, ਮੈਂ ਤਾਂ ਤੁਹਾਡੇ ਨਾਲ ਹੀ ਰਹੂੰਗਾ, ਮੈਂ ਤਾਂ ਉਹਨਾਂ ਤੋਂ ਅਮੀਰ ਹਾਂ। ਗੁਰੂ ਸਾਹਿਬ ਕਹਿੰਦੇ, ਮਰਦਾਨਿਆਂ ਕਿਹੋ ਜਿਹੀਆਂ ਗੱਲਾਂ ਕਰਦਾ? ਨਾ ਤੇਰੇ ਕੋਲ ਸੋਨਾ ਹੈ, ਨਾ ਤੇਰੇ ਕੋਲ ਚਾਂਦੀ ਹੈ, ਨਾ ਤੇਰੇ ਕੋਲ ਹੀਰੇ ਹੈ, ਨਾ ਤੇਰੇ ਕੋਲ ਮੋਤੀ ਹੈ, ਤੂੰ ਉਹਨਾਂ ਤੋਂ ਅਮੀਰ ਕਿਵੇਂ ਹੈ? ਬਾਬਾ ਮਰਦਾਨਾ ਕਹਿੰਦਾ, ਗੁਰੂ ਜੀ ਕਿਵੇਂ ਸਮਝਾਵਾਂ ਉਹਨਾਂ ਕਮਲਿਆਂ ਨੂੰ ਜਿਹੜੇ ਸੋਨਾ ਚਾਂਦੀ ਹੀਰੇ ਮੋਤੀ ਲੈ ਕੇ ਆਪਣੇ ਆਪ ਨੂੰ ਅਮੀਰ ਸਮਝ ਕੇ ਵਾਪਸ ਘਰਾਂ ਨੂੰ ਮੁੜ ਗਏ ਕਿ ਮੈਂ ਉਹਨਾਂ ਤੋਂ ਵੱਧ ਅਮੀਰ ਹਾਂ, ਕਿਉਂਕਿ ਜਿਹੜਾ ਸੋਨਾ ਚਾਂਦੀ ਹੀਰੇ ਮੋਤੀ ਵੰਡੀ ਜਾਂਦਾ, ਜਦੋਂ ਉਹੀ ਮੇਰੇ ਨਾਲ ਤੁਰਿਆ ਜਾਂਦਾ, ਫਿਰ ਮੇਰੇ ਤੋਂ ਵੱਡਾ ਖਜ਼ਾਨਾ ਹੋਰ ਕਿਹਦੇ ਕੋਲ ਹੋ ਸਕਦਾ? ਪਿੰਡ ਦੇ ਪੰਚਾਇਤ ਮੈਂਬਰ ਤੋਂ ਲੈ ਕੇ ਸਰਪੰਚ, ਜ਼ਿਲ੍ਹਾ ਪਰਿਸ਼ਦ, ਬਲਾਕ ਸੰਮਤੀ, MLA, ਮੰਤਰੀ, ਮੁੱਖ ਮੰਤਰੀ, ਪ੍ਰਧਾਨ ਮੰਤਰੀ ਕੌਣ ਬਣਾਉਂਦਾ? ਪਬਲਿਕ, ਲੋਕ ਬਣਾਉਂਦੇ ਆ। ਜਦੋਂ ਲੋਕ ਹੀ ਸਾਡੇ ਨਾਲ ਹੈ, ਫਿਰ ਸਾਡੇ ਤੋਂ ਵੱਡਾ ਖਜ਼ਾਨਾ ਹੋਰ ਕਿਹਦੇ ਕੋਲ ਹੋ ਸਕਦਾ ਜੀ? ਫਿਰ ਪੈਸੇ ਕਾਹਦੇ ਵਾਸਤੇ ਕਮਾਉਣੇ ਆ? ਫਿਰ ਕਰੋੜਾਂ ਦੀ ਗਿਣਤੀ ਕਰਨ ਦੀ ਲੋੜ ਨਹੀਂ, ਤੁਹਾਨੂੰ ਨੋਟ ਗਿਣਨ ਦੀ ਲੋਕ ਨਹੀਂ, ਫਿਰ ਲੋਕ ਗਿਣੀ ਜਾਓ। ਜੇ ਤੁਸੀਂ ਨੋਟ ਨਹੀਂ ਗਿਣੋਗੇ ਫਿਰ ਵੋਟ ਗਿਣਨੇ ਪੈਣੇ ਆ, ਜੇ ਨੋਟ ਗਿਣੋਗੇ ਫਿਰ ਵੋਟ ਦੀ ਉਮੀਦ ਨਾ ਰੱਖਿਓ ਮਿੱਤਰੋ। ਇਹਨਾਂ ਨੇ ਕਰਕੇ ਦੇਖ ਲਿਆ, ਨੋਟ ਗਿਣ ਕੇ ਦੇਖ ਲਏ, ਵੋਟ ਨਹੀਂ ਪਈ ਉਹਨਾਂ ਨੂੰ। ਸੋ ਫਰਕ ਹੈ, ਫਰਕ ਸੱਚਾਈ ਦਾ, ਫਰਕ ਇਮਾਨਦਾਰੀ ਦਾ। ਅਸੀਂ ਤੁਹਾਡੇ ਨਾਲ, ਤੁਸੀਂ ਸਾਡੇ ਨਾਲ ਹੋ।
ਫਰਕ ਆ ਹੈ ਬਸ, ਉਹਨਾਂ ਦੇ ਨਾਲ ਕੋਈ ਨਹੀਂ ਹੈਗਾ। ਹੁਣ ਗੱਡੀ ਦੇ ਉੱਤੇ ਚੜ੍ਹ ਕੇ ਰੋਡ ਸ਼ੋਅ ਕਰਨ ਲੱਗ ਗਿਆ। ਪਹਿਲਾਂ ਕਦੇ ਗੱਡੀ ਦੇ ਉੱਤੇ ਛੱਤ 'ਤੇ ਚੜ੍ਹਿਆ ਸੀ ਸੁਖਬੀਰ ਬਾਦਲ? ਪਹਿਲੀ ਗੱਲ ਤੁਹਾਨੂੰ ਧਰਨਾ ਪੈਂਦਾ ਤਾਂ, ਹਾਂ ਮੁੜ ਕੇ ਉੱਤਰਦਾ ਨਹੀਂ, ਉੱਥੇ ਰੋਟੀ ਖਵਾਉਂਦੇ ਨੇ, ਉੱਥੇ ਰਾਤ ਨੂੰ ਲਾਉਂਦੇ ਵੀ ਆ ਜਾ, ਆ ਗਏ ਨਾ ਧਰਤੀ ਦੇ ਥੱਲੇ ਆ ਗਏ ਨਾ, ਪਹਿਲਾਂ ਕਦੇ ਦੇਖਿਆ ਸੀ ਰੋਡ ਸ਼ੋਅ ਕਰਦਾ? ਇਹ ਤੁਸੀਂ ਹੋ ਜਿਹਨਾਂ ਨੇ ਲਿਆਂਦੇ ਧਰਤੀ 'ਤੇ, ਨਹੀਂ ਤਾਂ ਰਾਜ ਕਰਾਂਗੇ 25 ਸਾਲ ਦੇ ਨਾਅਰੇ ਦਿੰਦੇ ਹੁੰਦੇ ਸੀ। ਆਹੀ ਹਾਲ ਕਾਂਗਰਸ ਦਾ ਸੀ, ਮਜ਼ਾਕ ਕਰਦੇ ਹੁੰਦੇ ਸੀ। ਆਹ ਜਿਸ ਤਰ੍ਹਾਂ ਦੀ ਮੇਰੀ ਫੋਟੋ ਲੱਗੀ ਹੈ ਨਾ, ਇਸ ਤਰ੍ਹਾਂ ਦੀ ਫੋਟੋ ਲਾ ਲਈ ਮੈਂ 2014 'ਚ ਜਦੋਂ ਪਹਿਲੀ ਵਾਰ ਮੈਂ ਖੜ੍ਹਾ ਹੋਇਆ ਐਮ ਪੀ 'ਚ, ਤਾਂ ਸੁਖਦੇਵ ਸਿੰਘ ਢੀਂਡਸਾ ਅਤੇ ਵਿਜਿੰਦਰ ਸਿੰਗਲਾ ਮਜ਼ਾਕ ਕਰਦੇ ਸੀਗੇ, ਕਹਿੰਦੇ ਭਗਵੰਤ ਮਾਨ ਦੀ ਫੋਟੋ ਦੇਖੀ ਹੈ ਪੋਸਟਰ 'ਤੇ ਹੱਥ ਬੰਨ੍ਹੀ ਵਾਲੀ, ਕਹਿੰਦੇ ਲੈ ਇਹ ਵੀ ਵੋਟਾਂ 'ਚ ਖੜ੍ਹਾ ਹੋ ਗਿਆ, ਸਾਨੂੰ ਦੇਖ ਕੇ ਫੋਟੋ ਬੜਾ ਹਾਸਾ ਆਇਆ। ਫਿਰ ਮੈਂ ਕੀ ਕਿਹਾ ਸੀ, ਮੈਂ ਕਿਹਾ 32 ਦੰਦ ਨੇ ਮੇਰੇ ਭਰਾਓ, ਹੱਸ ਲਓ ਜਿੰਨਾ ਹੱਸਣਾ ਹੁਣ ਮੇਰੀ ਫੋਟੋ ਦੇਖ ਕੇ, ਰਿਜ਼ਲਟ ਵਾਲੇ ਦਿਨ ਸਾਰਾ ਟੱਬਰ ਰੋਵੋਂਗੇ ਤੁਸੀਂ। ਅਤੇ ਅੱਜ ਤੱਕ ਬਾਈ ਜੀ ਬੱਠਲ ਭਰਤੇ ਹੰਝੂਆਂ ਦੇ, ਅੱਜ ਤੱਕ ਹੰਝੂ ਨਹੀਂ ਚੜ੍ਹੇ, ਖਾਨਦਾਨੀ ਖਤਮ ਹੋ ਗਈ। ਪਹਿਲੀ ਵਾਰੀ ਬਾਪੂ, ਦੂਜੀ ਵਾਰੀ ਮੁੰਡਾ, ਚਲੋ ਜੀ ਸਾਰਾ ਟੱਬਰ ਸਤਿ ਸ਼੍ਰੀ ਅਕਾਲ। ਇੱਧਰੋਂ ਬਾਦਲਾਂ ਦਾ ਸਾਰਾ ਟੱਬਰ ਸਤਿ ਸ਼੍ਰੀ ਅਕਾਲ, ਪੈਰੋਂ ਤੋਂ ਵੀ, ਮਜੀਠੇ ਤੋਂ ਵੀ, ਇੱਧਰੋਂ ਦੂਜੇ ਪਾਸੇ ਲੰਬੀ ਜਲਾਲਾਬਾਦ ਤੋਂ ਵੀ ਸਾਰੇ ਪਾਸੇ ਸਤਿ ਸ਼੍ਰੀ ਅਕਾਲ ਜੀ। ਕੈਪਟਨ ਦਾ ਸਾਰਾ ਟੱਬਰ ਸਤਿ ਸ਼੍ਰੀ ਅਕਾਲ ਜੀ। ਹੋਰ ਦੱਸੋ ਕਿਹੜਾ ਰਹਿ ਗਿਆ, ਜਿਹਨਾਂ ਜਿਹਨਾਂ ਦੇ ਟੱਬਰ ਸੀ ਸਾਰੇ ਸਤਿ ਸ਼੍ਰੀ ਅਕਾਲ ਜੀ। ਲੋਕ ਕਹਿੰਦੇ ਧੰਨਵਾਦ ਜੀ, ਬਹੁਤ ਮਿਹਰਬਾਨੀ, ਘਰੇ ਬੈਠੋ। ਇਹ ਪਬਲਿਕ ਹੈ, ਇਹ ਲੋਕਾਂ ਦਾ ਮੂਡ ਨਹੀਂ ਜਾਣਦੇ, ਇਹ ਲੋਕ ਇਕੱਠੇ ਹੋ ਜਾਂਦੇ ਆ ਫਿਰ ਪਤਾ ਨਹੀਂ ਕਦੋਂ ਲੋਕ ਮੂਡ ਬਣਾਉਂਦੇ ਆ, ਅਤੇ ਫਿਰ ਇੱਕ ਥਾਂ ਹੀ ਹੋ ਜਾਂਦੇ, ਫਿਰ ਆ ਜਾਓ ਫਿਰ ਸਾਡੇ ਨਾਲ। ਸੋ ਇਸ ਕਰਕੇ ਲੋਕਾਂ ਨੂੰ ਇਹ ਟਿੱਚ ਸਮਝਦੇ ਸੀ, ਟਿੱਚ। ਸੋ ਇਸ ਕਰਕੇ ਇਹ ਫਰਕ ਹੈ, ਅਸੀਂ ਤਾਂ ਆਮ ਬੰਦੇ ਹਾਂ ਤੁਹਾਡੇ ਘਰਾਂ ਦਾ। ਹੁਣ ਇਹਨਾਂ ਨੂੰ ਕੀ ਪ੍ਰੋਬਲਮ ਹੈ, ਮੈਨੂੰ ਗਾਲਾਂ ਕਿਉਂ ਦਿੰਦੇ ਆ, ਕੀ ਪ੍ਰੋਬਲਮ ਹੈ? ਗਾਲਾਂ ਕੌਣ ਕੌਣ ਦਿੰਦੇ ਆ? ਜਿਹਨਾਂ ਦੀਆਂ ਕੁਰਸੀਆਂ ਹੋਈਆਂ ਨੇ, ਬਾਜਵਾ, ਸਿੱਧੂ, ਇੱਕ ਸੁਖਵੀਰ, ਇੱਕ ਮਜੀਠੀਆ, 4-5 ਬੰਦੇ ਗਾਲਾਂ ਦਿੰਦੇ ਆ, ਕੀ ਗੱਲ ਜੀ? ਇਹਨਾਂ ਨੂੰ ਕੀ ਕਹਿਤਾ ਮੈਂ? ਕੋਈ ਵੱਟਦਾ ਰੌਲਾ ਮੇਰਾ ਇਹਨਾਂ ਨਾਲ? ਮੇਰਾ ਕੋਈ ਚੱਕਰ ਹੈ ਇਹਨਾਂ ਨਾਲ? ਨਾ, ਇਹਨਾਂ ਨੂੰ ਤੁਸੀਂ ਹਰਾ ਤਾ, ਇਹਨਾਂ ਨੂੰ ਐਂ ਸੀ ਆਹ ਕੁਰਸੀਆਂ 'ਤੇ ਅਸੀਂ ਬਹਿੰਦੇ ਹੁੰਦੇ ਹਾਂ, ਆਹ ਕੁਰਸੀਆਂ 'ਤੇ ਸਾਡੇ ਧੀਆਂ ਪੁੱਤ ਬਹਿੰਦੇ ਹੁੰਦੇ ਆ, ਪਰ ਇਹਨਾਂ ਨੂੰ ਦੁੱਖ ਇਹ ਹੈ ਕਿ ਪਿੰਡਾਂ 'ਚੋਂ ਆ ਕੇ ਮੈਸਾਂ ਦੀਆਂ ਪੂਛਾਂ ਫੜ ਕੇ ਤਾਰੀਆਂ ਲਾਉਣ ਵਾਲੇ ਟੋਬਿਆਂ 'ਚ ਗੁੱਲੀ ਡੰਡਾ ਖੇਡਣ ਵਾਲੇ, ਸਾਈਕਲ ਦੀ ਅੱਧੀ ਕੈਂਚੀ ਪੂਰੀ ਕੈਂਚੀ ਅਤੇ ਫਿਰ ਕਾਠੀ ਸਿੱਖ ਕੇ 10ਵੀਆਂ 12ਵੀਆਂ ਕਰਨ ਵਾਲੇ ਮੁੰਡੇ ਮੁੱਖ ਮੰਤਰੀਆਂ 'ਤੇ ਮੰਤਰੀਆਂ ਦੀਆਂ ਕੁਰਸੀਆਂ 'ਤੇ ਬਹਿ ਗਏ, ਆਹ ਦੁੱਖਾ ਬਸ ਇਹਨਾਂ, ਹੋਰ ਕੋਈ? ਆਹ ਦੁੱਖ ਆ, ਹੋਰ ਕੋਈ ਦੁੱਖ ਨਹੀਂ ਹੈ। ਤੜਕੇ ਉੱਠ ਕੇ ਗਾਲਾਂ ਕੱਢਣ ਲੱਗ ਜਾਂਦੇ, ਕਹਿੰਦੇ ਜੀ ਆ ਗੋਇੰਦਵਾਲ ਵਾਲਾ, ਉਹ ਨਵਜੋਤ ਸਿੱਧੂ ਚੰਗਾ ਭਲਾ ਵਧੀਆ ਸਕੂਲਾਂ 'ਚ ਪੜ੍ਹਿਆ ਲਿਖਿਆ, ਕਹਿੰਦਾ 6,000 ਕਰੋੜ ਦਾ ਕਰਜ਼ਾ ਇਹਦੇ ਨਾਲ ਹੀ ਆ ਗਿਆ, ਕਿੱਥੋਂ ਆ ਗਿਆ ਭਲਾ ਜੀ? ਚੱਲ ਗੱਲ ਕਰ ਸਾਡੇ ਨਾਲ, 1,080 ਕਰੋੜ 'ਚ ਖਰੀਦਿਆ, 540 ਮੈਗਾਵਾਟ ਦਾ, 2 ਕਰੋੜ ਪਰ ਮੈਗਾਵਾਟ ਦਾ, ਦੁਨੀਆ ਦਾ ਨਾਟ ਦੇਸ਼ ਦਾ, ਦੁਨੀਆ ਦਾ ਸਭ ਤੋਂ ਸਸਤਾ ਥਰਮਲ ਪਲਾਂਟ ਖਰੀਦਿਆ ਆਪਾਂ ਨੇ, ਦੁਨੀਆ ਦਾ, ਔਰ ਚੱਲਦਾ। ਜੇ ਅੱਜ ਲਾਉਣ ਲੱਗੀਏ 4 ਸਾਲਾਂ ਨੂੰ ਨਵਾਂ ਲੱਗੂਗਾ 8.5 ਕਰੋੜ 1 ਮੈਗਾਵਾਟ ਦਾ, ਯਾਨੀ ਕਿ 5,000 ਤੋਂ 5,500 ਕਰੋੜ ਦਾ ਪਊਗਾ 4 ਸਾਲਾਂ ਬਾਅਦ। ਕਿੱਥੇ ਅੱਜ ਸੋਚਦਾ ਬੱਤੀ ਬਿਜਲੀ ਆਉਣ ਲੱਗ ਗਈ? ਅਤੇ ਅੱਛਾ, ਅੱਜ ਉਹਨਾਂ ਨੇ ਦੱਸਿਆ ਵੀ ਹੈ ਕਿ ਜਿਹੜਾ ਸਾਡੇ ਕੋਲ ਪਹਿਲਾਂ ਕੋਲਾ ਆਉਂਦਾ ਸੀ ਉਹ ਉੜੀਸਾ ਤੋਂ ਜਾਂ ਇੱਧਰੋਂ ਉੱਧਰੋਂ ਲਿਆਉਂਦੇ ਸੀ, ਉਹ ਕੋਲਾ 30-40% ਗਰਮੀ ਪੈਦਾ ਕਰਦਾ ਸੀ, ਜਿਹੜਾ ਆਪਣੇ ਵਾਲਾ ਕੋਲਾ ਹੈ ਪਛਵਾੜਾ ਮਾਈਨ ਵਾਲਾ, ਆਪਣੀ ਕੋਲੇ ਦੀ ਮਾਈਨ ਜਿਹੜੀ ਪੰਜਾਬ ਦੀ ਹੈ ਉਹਦੇ ਵਾਲਾ ਕੋਲਾ 90% ਕਰਦਾ। ਇਹੀ ਜਿਹੜਾ ਥਰਮਲ ਪਲਾਂਟ ਹੈ ਇਹਦੀ ਉਮਰ 25-40 ਸਾਲ ਹੋ ਜੂਗੀ, ਹੁਣ 25 ਸੀ ਪਹਿਲਾਂ, 40 ਸਾਲ ਹੋ ਜੂਗੀ। ਮਾੜਾ ਸੌਦਾ, ਮੈਂ ਇੱਕ ਪੈਸੇ ਦਾ ਹਿਸਾਬ ਲੈਂਦਾ ਅਫਸਰਾਂ ਤੋਂ, 1 ਪੈਸਾ ਵੀ ਵਧਣਾ। ਅਸੀਂ 1100 ਮੈਗਾਵਾਟ ਦਾ ਇੱਕ ਸੌਦਾ ਕੀਤਾ ਹੈ ਇੱਕ ਕੰਪਨੀ ਨਾਲ, ਕੇਂਦਰ ਸਰਕਾਰ ਦੀ ਕੰਪਨੀ ਹੈ, ਉਹਦੇ ਨਾਲ ਭਾਈਵਾਲ ਹੈ, ਰਾਜਸਥਾਨ ਤੋਂ ਉਹ ਸਾਨੂੰ ਬਿਜਲੀ ਦੇਣਗੇ 1100 ਮੈਗਾਵਾਟ। ਤੁਸੀਂ ਯਕੀਨ ਕਰ ਸਕਦੇ ਹੋ ਕਿ ਕਿੰਨਾ ਉਹਨਾਂ ਨਾਲ ਅਸੀਂ ਲੜੇ? ਜਿਵੇਂ ਆਪਾਂ ਦੁਕਾਨ 'ਤੇ ਜਾਂਦੇ ਹਾਂ, ਦੁਕਾਨਦਾਰ ਨੂੰ ਕਹਿੰਦੇ ਹਾਂ ਯਾਰ ਤੇਰੇ ਰੋਜ਼ ਦੇ ਗਾਹਕ ਹਾਂ, ਤਾਂ ਉੱਥੇ ਸੌਦਾ ਲੈ ਕੇ ਜਾਂਦੇ ਹਾਂ, ਐਂ ਨਾ ਕਰ ਯਾਰ ਥੋੜ੍ਹਾ ਜਿਹਾ ਠੀਕ ਠੀਕ ਲਾ ਲਾ। ਕਦੇ ਸਰਕਾਰਾਂ ਐਂ ਕਰਦੀਆਂ ਹੁੰਦੀਆਂ?
ਉਹ ਕਹਿੰਦੇ 2 ਰੁਪਈਏ 76 ਪੈਸੇ, ਅਸੀਂ ਕਹਿੰਦੇ ਨਾ, ਉਹ ਕਹਿੰਦੇ ਚਲੋ ਜੀ 2 ਰੁਪਈਏ 74 ਪੈਸੇ ਪਰ ਯੂਨਿਟ, ਅਸੀਂ ਕਹਿੰਦੇ ਨਾ ਜ਼ਿਆਦਾ ਜ਼ਿਆਦਾ ਹੋਰ ਘਟਾਓ। ਮੈਨੂੰ ਬਿਜਲੀ ਬੋਰਡ ਦਾ ਫੋਨ ਆਇਆ, ਕਹਿੰਦੇ ਜੀ 2 ਰੁਪਈਏ 58 ਪੈਸੇ ਦਿਆ। ਮੈਂ ਕਿਹਾ ਨਾ ਨਾ ਨਾ, ਹੋਰ ਘਟਾਓ। ਕਹਿੰਦੇ ਜੀ ਸਰਕਾਰਾਂ ਨੂੰ, ਉਹ ਕਹਿੰਦੇ ਸਰਕਾਰਾਂ ਨੂੰ ਕੀ ਫਾਇਦਾ। ਮੈਂ ਕਿਹਾ ਜੀ 2 ਰੁਪਈਏ 54 ਪੈਸੇ। ਮੈਂ ਕਿੱਥੋਂ ਪਤਾ ਕਰ ਲਿਆ ਕਿ ਸਸਤਾ ਸਭ ਤੋਂ ਹੋਏ ਹੋਊਗਾ 2 ਰੁਪਈਏ 54 ਪੈਸੇ ਇੱਕ ਯੂਨਿਟ ਦੇ। ਮੈਂ 2 ਰੁਪਈਏ 54 ਪੈਸੇ, ਉਹ ਕਹਿੰਦੇ ਜੀ 4 ਪੈਸਿਆਂ ਨਾਲ। ਇੱਥੇ ਬੈਠੇ ਹੋਣੇ ਅਫਸਰ, ਇੱਥੇ ਤੇਜਵੀਰ ਹੋਰ ਅਫਸਰ ਬੈਠੇ ਹੋਣੇ ਇੱਥੇ ਬਿਜਲੀ ਬੋਰਡ ਦੇ, 2 ਰੁਪਈਏ 54 ਪੈਸੇ। ਉਹ ਕਹਿੰਦੇ 4 ਪੈਸਿਆਂ ਨਾਲ ਕੀ ਫਰਕ ਪੈਂਦਾ, ਸਰਕਾਰ ਨੂੰ ਕੀ ਫਰਕ ਪੈਂਦਾ। ਮੈਂ ਕਿਹਾ ਨਹੀਂ, ਤੁਸੀਂ 4 ਪੈਸਿਆਂ ਨੂੰ ਗੁਣਾ ਕਰਕੇ ਦੇਖੋ। ਕਹਿੰਦੇ ਚਲੋ 2 ਰੁਪਈਏ 54 ਪੈਸੇ ਕਰ ਲਿਆ ਸੌਦਾ। ਬਾਅਦ 'ਚ ਮੈਂ ਦੱਸਿਆ 4 ਪੈਸਿਆਂ ਨਾਲ ਪੰਜਾਬ ਨੂੰ ਹਰ ਸਾਲ ਦਾ 350 ਕਰੋੜ ਰੁਪਈਆ ਬਚ ਗਿਆ ਜੀ, 4 ਪੈਸਿਆਂ ਨਾਲ। ਐਂ ਮੈਂ ਤੁਹਾਡੇ ਪੈਸੇ ਨੂੰ ਐਂ ਬਚਾਉਣਾ। ਮੈਂ ਪੰਜਾਬ ਦਾ ਖਜ਼ਾਨਾ ਬਹੁਤ ਸਹੀ ਹੱਥਾਂ 'ਚ ਹੈ ਹੁਣ, ਨਾਲੇ ਭਰਿਆ ਹੋਇਆ, ਕਦੇ ਖਾਲੀ ਨਹੀਂ ਕਿਹਾ, ਅਤੇ ਨਾਲੇ ਤੁਹਾਡੇ ਵੱਲ ਨੂੰ ਮੂੰਹ ਹੈ। ਖਜ਼ਾਨਾ ਭਰਿਆ ਵੀ ਨਹੀਂ ਰੱਖਣਾ ਚਾਹੀਦਾ, ਲੋਕਾਂ ਕਹਿੰਦੇ ਕੱਢੀ ਜਾਓ ਖਜ਼ਾਨਾ ਬਾਅਦ 'ਚ, ਪਰ ਜੇ ਉਹ 'ਚੋਂ ਕੱਢੋਗੇ ਤਾਂ ਉਹ 'ਚ ਹੋਰ ਪਾਉਣ ਜੋਗੀ ਜਗ੍ਹਾ ਹੋਊਗੀ। ਤੂੜੀ ਵਾਲਾ ਕੋਠਾ ਹੁੰਦਾ ਆਪਣਾ, ਜੇ ਉਹ 'ਚੋਂ ਤੂੜੀ ਕੱਢੋਗੇ ਤਾਂ ਨਵੀਂ ਤੂੜੀ ਪਾਓਗੇ। ਜੇ ਤੂੜੀ ਵਾਲਾ ਕੋਠਾ ਹੀ ਨਾ ਰੱਖ ਰੱਖਿਆ, ਤੂੜੀ ਭਾਵੇਂ 5 ਸਾਲ ਦੀ ਪਈ ਰਹੇ। ਖਜ਼ਾਨਾ ਤੁਹਾਡੇ ਕਨੀ, ਖਜ਼ਾਨੇ 'ਚ ਪੈਸੇ, ਇਮਾਨਦਾਰੀ ਦੀ ਸਰਕਾਰ, ਅਰਵਿੰਦ ਕੇਜਰੀਵਾਲ ਦੀ ਸੋਚ ਜਿੱਥੋਂ ਚੱਲੀ ਰਾਮਲੀਲਾ ਗਰਾਊਂਡ 'ਚੋਂ, ਐਂਟੀ ਕਰਪਸ਼ਨ ਮੂਵਮੈਂਟ ਜਿਹੜੀ ਚੱਲੀ ਸੀ ਭ੍ਰਿਸ਼ਟਾਚਾਰ ਵਿਰੋਧੀ, ਉਹਦੇ 'ਚੋਂ ਨਿਕਲੀ ਹੋਈ ਪਾਰਟੀ ਹੈ। ਅਈ ਹਾਂ, ਕੋਈ ਵਕੀਲ ਹੈ, ਕੋਈ ਅਫਸਰ ਸੀ, ਕੋਈ ਆਪਦੀ ਛੱਡ ਕੇ ਆਇਆ ਦੁਕਾਨਦਾਰੀ, ਮੈਂ ਆਪਣੀ ਕਲਾਕਾਰੀ ਛੱਡ ਕੇ ਆਇਆ, ਪੈਸੇ ਕਮਾਉਣ ਆਇਆ ਬਾਈ ਇੱਥੇ, ਪੈਸੇ, ਉਹ ਵੀ ਲੋਕਾਂ ਦੇ ਪੈਸੇ। ਮੈਨੂੰ ਤਾਂ ਪਰਮਾਤਮਾ ਨੇ 17.5 ਸਾਲ ਦੀ ਉਮਰ 'ਚ ਭਗਵੰਤ ਮਾਨ ਬਣਾਤਾ ਸੀ। ਮੈਂ ਤਾਂ ਆਪਣੀ ਹੱਕ ਦੀ ਕਮਾਈ ਕਮਾਉਣ ਲੱਗ ਗਿਆ ਸੀ। ਕੀ ਮੈਂ ਹੱਕ ਦੀ ਕਮਾਈ ਛੱਡ ਕੇ ਹਰਾਮ ਦੀ ਖਾਣ ਆਊਂਗਾ? ਮੈਂ ਜਿੰਨੇ ਮਰਜ਼ੀ ਪੈਸੇ ਲੈ ਲੈਂਦਾ, MP ਵੀ ਬਣਿਆ, ਮੇਰੀ ਪ੍ਰੋਪਰਟੀ ਘਟੀ ਹੈ ਜੀ, 2014 ਤੋਂ ਲੈ ਕੇ 2024 ਤੱਕ ਘਟੀ ਹੈ, ਕਿਉਂਕਿ ਤਨਖਾਹ MP ਦੀ ਤਨਖਾਹ 50,000 ਰੁਪਈਆ ਜੀ, ਮੁੱਖ ਮੰਤਰੀ ਤਨਖਾਹ 1.5 ਲੱਖ ਰੁਪਈਆ ਜੀ। ਅੱਜ ਵੀ ਕੋਈ ਮੈਂ ਪ੍ਰੋਗਰਾਮ ਕਰਾਉਣਾ ਹੋਵੇ, ਕੋਈ ਘਰੇ ਫੰਕਸ਼ਨ ਕਰਾਉਣਾ ਹੋਵੇ, ਮੈਂ ਆਪਣੇ ਯਾਰਾਂ ਦੋਸਤਾਂ ਨੂੰ ਕਹਿੰਦਾ ਯਾਰ ਤੁਸੀਂ ਕਰਾਓ ਯਾਰ, ਪਲੀਜ਼ ਐਂ ਨਾ ਕਰੋ, ਵੀ ਮੈਂ ਸਰਕਾਰ ਦਾ ਪੈਸਾ ਨਹੀਂ ਲਾਉਣਾ, ਲੋਕਾਂ ਦਾ ਪੈਸਾ ਨਹੀਂ ਮੈਂ ਲਾਉਣਾ। ਸੋ ਆਹ ਸਰਕਾਰ ਹੈ, ਕੋਈ ਉਂਗਲ ਉਠਾ ਸਕਦਾ? ਫਿਰ ਕੀ ਰਹਿ ਗਿਆ? ਜਿਹਾ ਜਿਹਾ ਪੈਸਾ ਖਾ ਲਿਆ, ਜਿਹਾ ਜਿਹੀ ਸਲਫਾਜ਼ ਖਾ ਲਈ, ਜੇ ਲੋਕਾਂ ਦਾ ਪੈਸਾ ਹੀ ਖਾ ਲਿਆ, ਕੀ ਰਹਿ ਗਿਆ? ਜਿਉਣਾ ਕੀ ਰਹਿ ਗਿਆ? ਫਿਰ ਕਾਹਦੇ ਜੱਗ 'ਤੇ ਆਇਆ? ਭਗਤ ਸਿੰਘ ਨਾਲ ਤਾਂ ਡਬਲ ਤੋਂ ਵੀ ਜ਼ਿਆਦਾ ਜਿਉਂ ਬੈਠਿਆ, ਥੋੜ੍ਹੀ ਬਹੁਤ ਉਹਦੀ ਇੱਜ਼ਤ ਰੱਖ ਲਈਏ, ਉਹਦੇ ਸੁਪਨਿਆਂ 'ਤੇ ਥੋੜ੍ਹਾ ਬਹੁਤ ਤੁਰ ਪਈਏ। 23 ਸਾਲ ਦੀ ਉਮਰ 'ਚ ਸ਼ਹੀਦ ਹੋ ਗਿਆ ਸੀ, ਕੋਈ ਆਮ ਘਰ ਦਾ ਮੁੰਡਾ ਨਹੀਂ ਸੀ ਉਹ, ਕਹਿੰਦੇ ਕਹਾਉਂਦੇ ਕਰਦਾ ਸੀ ਕਰਤਾਰ ਸਿੰਘ ਸਰਾਭਾ, 350 ਏਕੜ ਜ਼ਮੀਨ ਦਾ ਮਾਲਕ ਸੀ ਸਰਾਭੇ ਪਿੰਡ 'ਚ, ਜਮ੍ਹਾਂ ਲੁਧਿਆਣੇ ਦੀਆਂ ਜੜ੍ਹਾਂ 'ਚ ਹੈ। ਅੱਜ ਜੀਰੋਆਂ ਲਾਉਂਦੇ ਪੈਨ ਮੁੱਕ ਜੂਗਾ ਕਿ ਉਹਦੀ ਕੀਮਤ ਪਾਉਣੀ ਹੋਵੇ। ਪਾਇਲਟ ਦਾ ਕੋਰਸ ਕਰਨ ਗਿਆ ਸੀ ਕੈਲੀਫੋਰਨੀਆ, ਵਰਕਲੇ ਯੂਨੀਵਰਸਿਟੀ 'ਚ, ਅੱਜ ਵੀ ਐਡਮਿਸ਼ਨ ਨਹੀਂ ਮਿਲਦੀ ਵਰਕਲੇ ਯੂਨੀਵਰਸਿਟੀ 'ਚ, ਪਾਇਲਟ ਬਣ ਗਿਆ ਸੀ, ਪਰ 19 ਸਾਲ ਦੀ ਉਮਰ 'ਚ ਫਾਂਸੀ। ਅਸੀਂ ਇਸ ਕੰਮ ਵਾਸਤੇ ਆਏ ਹਾਂ ਯਾਰ ਕਿ ਭਗਤ ਸਿੰਘ ਅਤੇ ਸਰਾਭਿਆਂ ਦੀਆਂ ਕੁਰਸੀਆਂ 'ਤੇ, ਉਹਨਾਂ ਦੀਆਂ ਕੁਰਸੀਆਂ ਨੇ, ਉਹਨਾਂ ਨੇ ਲੈ ਕੇ ਦਿੱਤੀਆਂ ਨੇ, ਉਹਨਾਂ ਦੀਆਂ ਕੁਰਸੀਆਂ 'ਤੇ ਬਹਿ ਕੇ ਅਸੀਂ ਜਨਤਾ ਨਾਲ ਦਗਾ ਕਰੀਏ, ਅਸੀਂ ਆਜ਼ਾਦੀ ਦਾ ਮਜ਼ਾਕ ਉਡਾਈਏ? ਇਸ ਕੰਮ ਵਾਸਤੇ ਨਹੀਂ ਆਏ। ਹਾਂ, ਸੈਂਟਰ ਵਾਲੇ ਕਰਦੇ ਆ, ਕੇਂਦਰ ਸਰਕਾਰ ਸਾਡੇ ਪੈਸੇ ਰੋਕਦੀ ਹੈ, 5.5 ਕਰੋੜ ਰੁਪਈਆ ਰੂਰਲ ਡਿਵੈਲਪਮੈਂਟ ਫੰਡ ਦਾ, ਮੰਡੀਆਂ ਦਾ ਅਤੇ ਮੰਡੀਆਂ ਨੂੰ ਜਾਣ ਵਾਲੀਆਂ ਪਿੰਡਾਂ ਦੀਆਂ ਸਾਰੀਆਂ ਸੜਕਾਂ ਦਾ ਪੈਸਾ ਰੋਕੀ ਬੈਠੇ ਨੇ, 5.5 ਕਰੋੜ ਰੁਪਈਆ ਅੱਜ ਰਿਲੀਜ਼ ਕਰ ਦੇਣ, ਕੱਲ੍ਹ ਨੂੰ ਐਂ ਲਿਸ਼ਕ ਦੀਆਂ ਸੜਕਾਂ ਬਣਾ ਦੂੰਗਾ ਮੈਂ, ਇੱਕ ਸੜਕ ਇਹੋ ਜਿਹੀ ਨਹੀਂ ਰਹੂਗੀ ਜਿਹ 'ਚ ਕੋਈ ਟੋਆ ਹੋਵੇ, ਅਸਲੀ ਲੁੱਕ ਅਸਲੀ ਬਾਜਰੀ ਪਊਗੀ, ਪਰ ਦਿੰਦੇ ਨਹੀਂ ਪੈਸੇ ਉੱਥੋਂ। ਕਹਿੰਦੇ ਭਗਵੰਤ ਮਾਨ ਹੈ, ਇਹ ਕੇਜਰੀਵਾਲ ਦੇ ਨਾਲ ਹੈ, ਇਹ ਕੇਜਰੀਵਾਲ ਅਤੇ ਭਗਵੰਤ ਮਾਨ ਸਾਡੇ ਲਈ ਖਤਰਾ ਨੇ, ਪੈਸੇ ਨਹੀਂ ਦਿੰਦੇ ਸਾਨੂੰ। NHM ਦਾ ਪੈਸਾ ਰੋਕਿਆ ਹੋਇਆ, ਨੈਸ਼ਨਲ ਹੈਲਥ ਮਿਸ਼ਨ ਦਾ, ਹਸਪਤਾਲਾਂ ਦਾ, ਕੀ ਗੱਲ? ਸਾਡਾ ਪੈਸਾ ਨਹੀਂ, ਪੈਸਾ ਤਾਂ ਅਸੀਂ ਦਿੰਦੇ ਹਾਂ ਉੱਥੇ, ਸੈਂਟਰ ਕਿਹੜਾ ਆਪਦੀਆਂ ਮਸ਼ੀਨਾਂ ਲਾ ਕੇ ਬੈਠਾ ਪੈਸੇ ਵਾਲੀਆਂ, ਪੈਸਾ ਤਾਂ ਸਾਡਾ ਹੀ ਹੈ, ਦੇ ਦਿਓ। ਨਹੀਂ ਦਿੰਦੇ, ਇੱਕੋ ਹੀ ਤਰੀਕਾ ਇਹਦਾ ਇਸ ਪੈਸੇ ਨੂੰ ਲੈਣ ਦਾ। ਮੈਨੂੰ ਇੱਕ ਅਫਸਰ ਨੇ ਕੰਨ 'ਚ ਦੱਸਤਾ, ਮੈਂ ਨੀਤੀ ਆਯੋਗ ਦੀ ਇੱਕ ਮੀਟਿੰਗ 'ਚ ਗਿਆ ਸੀ,
ਮੈਨੂੰ ਕਹਿੰਦਾ ਜੀ ਤੁਸੀਂ ਇੱਥੇ ਨਾ ਮੰਗੋ ਵੀ ਲੋਕਾਂ ਕੋਲ ਜਾਓ। ਮੈਂ ਕਿਹਾ ਵੀ ਲੋਕਾਂ ਕੋਲ ਕੀ ਕਰਾਂਗੇ। ਕਹਿੰਦਾ 13 ਦੀਆਂ 13 ਸੀਟਾਂ ਜਿੱਤ ਲਓ, ਮਜਾ ਲੈ ਇੱਕ ਰੁਪਈਆ ਵੀ ਰੋਕ ਕੇ ਪੰਜਾਬ ਦਾ, ਕਹਿੰਦਾ ਇਹਨੂੰ ਪਤਾ ਲੱਗ ਜੂਗਾ ਫਿਰ ਆਹ ਗੱਲ ਕਹਿਣਾ ਆ ਤੁਹਾਨੂੰ। 13 ਦੀਆਂ 13 ਸੀਟਾਂ ਦੇ ਦਿਓ, 1 ਰੁਪਈਆ ਰੋਕ ਕੇ ਦਿਖਾਵੇ ਸੈਂਟਰ। 10 ਸਾਡੇ ਰਾਜ ਸਭਾ 'ਚ ਨੇ, 13 ਸਾਡੇ ਇੱਥੋਂ ਹੋ ਗਏ, 14 ਚੰਡੀਗੜ੍ਹ, 7 ਦਿੱਲੀ ਤੋਂ, ਗੋਆ ਤੋਂ, ਗੁਜਰਾਤ 'ਚੋਂ ਸਾਨੂੰ ਸੀਟਾਂ ਆ ਰਹੀਆਂ ਨੇ। ਸਾਡੇ 25-30 ਹੋ ਗਏ, ਉਧਰੋਂ 10 ਉੱਧਰ ਨੇ, 45 ਹੋ ਗਏ, 40-45। ਅਸੀਂ ਗਾਹ ਪਾ ਦਿਆਂਗੇ ਯਾਰ ਪਾਰਲੀਮੈਂਟ 'ਚ, ਸਾਡਾ ਰੋਕ ਕੇ ਦਿਖਾਉਣ 1 ਰੁਪਈਆ, ਇਹ ਸਾਡੇ ਹੱਕ ਦਾ। ਆਹ ਚੀਜ਼ ਆ ਬਸ ਤੁਹਾਡੇ ਕੋਲ ਚਾਬੀ ਹੈ, ਤੁਹਾਡੇ ਕੋਲ ਚਾਬੀ ਹੈ। 2024 'ਚ 13 ਜੀਰੋ ਕਰ ਦਿਓ, 1 ਵੀ ਰੁਪਈਆ ਰੁਕਿਆ ਮੈਂ ਜ਼ਿੰਮੇਵਾਰ ਹੋਊਂਗਾ। ਫਿਰ ਮਜ਼ਾਕ ਸਮਝ ਲਿਆ ਇਹਨਾਂ ਨੇ ਦੇਸ਼ ਨੂੰ ਯਾਰ। 26 ਜਨਵਰੀ ਨੂੰ ਪੰਜਾਬ ਦੀ ਝਾਕੀ ਨਹੀਂ ਦਿਖਾਉਣੀ, ਕਿਉਂ ਨਹੀਂ ਦਿਖਾਉਣੀ ਯਾਰ? ਭਗਤ ਸਿੰਘ ਹੋਰਾਂ ਨੂੰ ਰਿਜੈਕਟ ਕਰੀ ਜਾਂਦੇ ਹੋ, ਕਹਿੰਦੇ ਭਗਤ ਸਿੰਘ ਰਿਜੈਕਟ, ਕਰਤਾਰ ਸਿੰਘ ਸਾਹਿਬਾ ਰਿਜੈਕਟ, ਲਾਲਾ ਲਾਜਪਤ ਰਾਏ ਰਿਜੈਕਟ, ਮਾਈ ਭਾਗੋ ਰਿਜੈਕਟ। ਤੁਸੀਂ ਕੌਣ ਹੁੰਦੇ ਹੋ ਯਾਰ ਉਹਨਾਂ ਨੂੰ ਰਿਜੈਕਟ ਕਰਨ ਵਾਲੇ? ਉਹਨਾਂ ਨੇ ਤੁਹਾਨੂੰ ਦੇਸ਼ ਲੈ ਕੇ ਦਿੱਤਾ ਅਤੇ ਤੁਸੀਂ ਸਾਨੂੰ ਰਿਜੈਕਟ ਕਰੀ ਜਾਂਦੇ ਹੋ, ਸਾਡੇ ਬਿਨਾਂ ਮਨਾ ਲਓਗੇ? ਫਿਰ ਆਹ ਹੁਣ ਕਿਸਾਨਾਂ ਦੀਆਂ ਚੱਲ ਰਹੀਆਂ, ਮੈਂ ਆਪਦੇ ਵੱਲੋਂ ਫਰਜ਼ ਨਿਭਾਇਆ, ਮੈਂ ਕੇਂਦਰ ਵਾਲਿਆਂ ਨੂੰ ਬੁਲਾਇਆ, ਨਾ ਗੱਲ ਕਰੋ, ਗੱਲ ਕਰੋ। ਗੱਲਬਾਤ ਹੋਈ, ਕਈ ਘੰਟੇ ਹੋਈ, ਕਈ ਮੰਗਾਂ 'ਤੇ ਸਹਿਮਤੀ ਬਣ ਗਈ, ਕਿਤੇ ਨਹੀਂ ਬਣੀ। ਹੁਣ ਕੀ ਕਰ ਰਿਹਾ ਉਹ? ਕਹਿੰਦੇ ਵੀ ਅਸੀਂ, ਮੈਂ ਕਿਹਾ ਹੋਰ ਗੱਲ ਕਰ ਲਓ ਨਾ, ਅਗਲੀ ਵਾਰ ਫਿਰ ਆ ਜਾਓ, ਕੱਲ੍ਹ ਨੂੰ ਆ ਜਾਓ, ਬਹਿ ਜਾਓ, ਗੱਲ ਕਰ ਲਓ ਨਾ। ਹਰਿਆਣੇ 'ਚ ਕੀ ਕਰ ਰਹੇ ਆ? ਹਰਿਆਣੇ ਵਾਲੀ ਜਿਹੜੀ ਪੰਜਾਬ ਵਾਲੀ ਹੱਦ ਹੈ, ਉੱਥੇ ਐਡੇ ਐਡੇ ਕਿੱਲ ਲਾ ਰਹੇ ਨੇ ਪੱਤੀਆਂ, ਤਾਰਾਂ, ਕੰਡਿਆਲੀਆਂ ਤਾਰਾਂ। ਮੇਰੀ ਫਿਲਹਾਲ ਤਾਂ ਮੇਰੀ ਬੇਨਤੀ ਹੈ ਕੇਂਦਰ ਸਰਕਾਰ ਨੂੰ ਕਿ ਕਿਸਾਨਾਂ ਨਾਲ ਗੱਲ ਕਰ ਲਓ, ਉਹਨਾਂ ਦੀਆਂ ਮੰਗਾਂ ਜਾਇਜ਼ ਜਿਹੜੀਆਂ ਨੇ ਮੰਨ ਲਓ। ਤੁਸੀਂ ਇੰਡੀਆ ਅਤੇ ਪੰਜਾਬ ਦਾ ਬਾਰਡਰ ਨਾ ਬਣਾਓ। ਬਾਰਡਰ ਬਣਾਤਾ ਹੁਣ, ਉਨੀਆਂ ਤਾਰਾਂ ਇੱਧਰ ਲੱਗੀਆਂ ਖੱਬੇ ਪਾਸੇ ਪਾਕਿਸਤਾਨ ਜਾਣ ਨੂੰ, ਉਨੀਆਂ ਇੱਧਰ ਲੱਗੀਆਂ ਦਿੱਲੀ ਜਾਣ ਨੂੰ। ਤੁਸੀਂ ਕੀ ਸਮਝਦੇ ਹੋ ਸਾਨੂੰ? ਚੌਲਾਂ ਵੇਲੇ ਕਿੱਥੇ ਜਾਓਗੇ? ਕਣਕ ਵੇਲੇ ਕਿੱਥੇ ਜਾਓਗੇ? ਉਦੋਂ ਬਾਰਡਰ ਖੁੱਲ੍ਹ ਜਾਂਦੇ ਆ ਨਾ, ਉਦੋਂ ਟ੍ਰੇਨਾਂ ਆ ਜਾਂਦੀਆਂ ਨੇ ਲੈਣ, ਸਪੈਸ਼ਲ ਜਿਹੜੀਆਂ ਹੁੰਦੀਆਂ ਨੇ। ਅਸੀਂ ਤੁਹਾਨੂੰ ਰੋਟੀ ਦਿੰਦੇ ਹਾਂ, ਅਸੀਂ ਤੁਹਾਡਾ ਢਿੱਡ ਭਰਦੇ ਹਾਂ, ਅਸੀਂ ਆਜ਼ਾਦੀ 'ਚ ਸਭ ਤੋਂ ਵੱਧ ਹਿੱਸਾ ਪਾਇਆ ਹੋਇਆ, ਸਾਨੂੰ ਆਪਦਾ ਹਿੱਸਾ ਮੰਨੋ। ਅਸੀਂ ਇੱਥੇ ਖੜ੍ਹੇ ਹਾਂ, ਬਾਰਡਰ 'ਤੇ ਸਾਡੇ ਮੁੰਡੇ ਖੜ੍ਹੇ ਨੇ, ਕੋਈ ਗੋਲੀ ਆਵੇ ਇੱਧਰ ਨੂੰ ਸਾਡੇ ਮੁੰਡਿਆਂ ਦੀ ਹਿੱਕ ਹੈ ਪਹਿਲਾਂ, ਤੁਹਾਨੂੰ ਤਾਂ ਬਾਅਦ 'ਚ ਪਤਾ ਲੱਗਦਾ, ਬਾਅਦ 'ਚ ਤੁਸੀਂ ਸਲਾਮੀਆਂ ਵੀ ਨਹੀਂ ਦਿੰਦੇ, ਕਹਿੰਦੇ ਅਗਨੀਵੀਰ ਸੀ, ਸਲਾਮੀ ਨਹੀਂ ਦੇਣੀ। ਸੋ ਮੈਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦਾ, ਇੰਨਾ ਸਾਡੇ ਨਾਲ ਆਡਾ ਨਾ ਲਾਓ, ਇੰਨਾ ਤੁਸੀਂ ਸਾਡੇ ਨਾਲ ਹਰਖ ਨਾ ਰੱਖੋ, ਇੰਨੀ ਨਫ਼ਰਤ ਨਾ ਕਰੋ। ਮੈਂ ਤਾਂ ਇਸ ਲੈਵਲ 'ਤੇ ਸੋਚੀ ਬੈਠਾ ਜਿਸ ਲੈਵਲ ਦੀ ਨਫ਼ਰਤ ਅਸੀਂ ਚੱਲ ਰਹੇ ਹਾਂ। ਅਰਵਿੰਦ ਕੇਜਰੀਵਾਲ ਜੀ ਦਿੱਲੀ ਚੱਲ ਰਹੇ ਨੇ, ਮੈਂ ਇੱਥੇ ਚੱਲ ਰਿਹਾ ਗਵਰਨਰਾਂ ਦੇ ਥਰੂ, ਪਤਾ ਨਹੀਂ ਕਿਹਦੇ ਕਿਹਦੇ ਥਰੂ। ਇਹਨਾਂ ਦਾ ਬੱਸ ਚੱਲੇ, ਜਨਗਣ ਮਨ 'ਚੋਂ ਪੰਜਾਬ ਕੱਢ ਦੇਣਗੇ ਇਹ, ਕਿ ਜਨਗਣ ਮਨ 'ਚ ਪੰਜਾਬ ਆਉਂਦਾ ਯਾਰ, ਇਹਨੂੰ ਕੱਢ ਦਿਓ। ਇੱਕ ਬਿੱਲ ਹੀ ਪਾਸ ਕਰਨਾ, ਹਾਂ ਵਾਲੇ ਹਾਂ ਕਹੋ, ਨਾ ਵਾਲੇ ਨਾ ਕਹੋ, ਹਾਂ ਵਾਲੇ ਕੀ ਜੀਤ ਹੋਈ, ਹਾਂ ਵਾਲੇ ਕੀ ਜੀਤ ਹੋਈ, ਚਲੋ 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 ਚਲੋ। ਜਿਵੇਂ ਚੰਡੀਗੜ੍ਹ ਵੋਟਾਂ ਗਿਣੀਆਂ ਸੀ, ਆਹ ਵੋਟ ਆਮ ਆਦਮੀ ਪਾਰਟੀ ਦੀਆਂ ਘੱਟ ਬੀਜੇਪੀ ਦੀਆਂ ਨੇ, ਇੱਧਰ ਧਰ ਦਿਓ, ਉਹ ਵੀ ਆਮ ਆਦਮੀ ਪਾਰਟੀ ਦੀਆਂ ਬੀਜੇਪੀ ਵਾਲੇ ਪਾਸੇ ਧਰ ਦਿਓ, ਕੈਮਰੇ ਵੱਲ ਵੀ ਦੇਖ ਲਓ ਨਾਲੇ, ਸੁਪਰੀਮ ਕੋਰਟ ਨੇ ਦੱਸਤਾ, ਐਂ ਕਰਦੇ ਆ ਯਾਰ। ਵੋਟਾਂ ਹੀ ਇੰਨੀਆਂ ਪਾਓ ਕਿ ਇੱਧਰਲੇ ਪਾਸੇ ਧਰਨ ਨੂੰ ਕੋਈ ਹੋਵੇ ਹੀ ਨਾ। ਵੋਟ ਜਿਵੇਂ ਤੁਸੀਂ 22 'ਚ ਪਾਈਆਂ ਨੇ, 70-70 ਹਜ਼ਾਰ ਤਾਂ ਜਿੱਤੇ ਸਾਡੇ, ਵਿਧਾਨ ਸਭਾ 'ਚ 70-70 ਹਜ਼ਾਰ ਦੀ ਜਿੱਤ, ਇਹਦਾ ਮਤਲਬ ਦੂਜੇ ਪਾਸੇ ਪਈਆਂ ਹੀ ਨਹੀਂ। ਸੋ ਇਸ ਕਰਕੇ ਤੁਹਾਡੇ ਕੋਲ ਆਇਆ। ਸ਼੍ਰੀ ਗੁਰੂ ਅਮਰਦਾਸ ਜੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਗੋਇੰਦਵਾਲ ਸਾਹਿਬ 'ਚ ਬਿਤਾਈ, ਸਤੀ ਪ੍ਰਥਾ ਖਤਮ ਕੀਤੀ, ਲੰਗਰ ਪ੍ਰਥਾ ਸ਼ੁਰੂ ਕੀਤੀ ਸ਼੍ਰੀ ਗੁਰੂ ਅਮਰਦਾਸ ਜੀ, ਉਹਨਾਂ ਦੇ ਨਾਂ 'ਤੇ ਪਲਾਂਟ ਦਾ ਨਾਮ ਰੱਖਿਆ। ਗੁਰੂ ਸਾਹਿਬ ਦੀ ਕਿਰਪਾ ਹੋਊਗੀ, ਤੁਸੀਂ ਦੇਖਿਓ, ਇਹੀ ਪੰਜਾਬ, ਰੰਗਲਾ ਪੰਜਾਬ, ਇਹੀ ਪੰਜਾਬ ਹੱਸਦਾ ਖੇਡਦਾ ਪੰਜਾਬ ਬਣੂਗਾ। ਤੁਹਾਡੇ ਤੁਹਾਡਾ ਆ ਰੰਗ ਬਿਰੰਗੀਆਂ ਪੱਗਾਂ, ਆ ਤੁਹਾਡੇ ਰੰਗ ਬਿਰੰਗੇ ਚਿਹਰੇ, ਰੰਗ ਬਿਰੰਗੇ ਤੁਸੀਂ ਲੋਕ ਜਿਹੜੇ ਹੋ, ਇਹ ਨਾਲ ਚਾਹੀਦੇ ਹੋ। ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਕੇ ਸਾਡਾ ਹੌਸਲਾ ਵਧਾ ਦਿਓ ਕਿ ਅਸੀਂ ਸਹੀ ਕੰਮ ਕਰ ਰਹੇ ਹਾਂ, ਇਹ 'ਤੇ ਵੀ ਮੋਹਰ ਲੱਗ ਜੂਗੀ। ਇਨਕਲਾਬ, ਇਨਕਲਾਬ ਬੋਲੇ ਸੋਨਿਆਲ।
ਦੇਸ਼ ਦੀ ਰਾਜਨੀਤੀ ਦੇ ਵਿੱਚ ਕੀ ਹੋਣਾ ਅੱਗੇ, ਇਹਦੇ ਬਾਰੇ ਅਰਵਿੰਦ ਕੇਜਰੀਵਾਲ ਜੀ ਨੇ ਦੱਸਣਾ। 5-10 ਮਿੰਟ ਬਹਿ ਕੇ ਆਰਾਮ ਨਾਲ ਸੁਣ ਕੇ ਜਾਇਓ, ਕਿਉਂਕਿ ਆਪਾਂ ਨੇ ਫਿਰ ਫੈਸਲਾ ਉਸ ਹਿਸਾਬ ਨਾਲ ਕਰਨਾ ਹੁੰਦਾ, ਕਿਉਂਕਿ ਪੰਜਾਬ ਪੂਰੇ